ਸੋ ਪੰਜਾਬ ਦੇ ਅੰਦਰ ਫੋਰੈਸਟ ਡਿਪਾਰਟਮੈਂਟ ਵੱਲੋਂ ਪਲਾਂਟੇਸ਼ਨ ਨੂੰ ਲੈ ਕੇ ਜਿਹੜਾ ਇੱਕ ਮੁਹਿੰਮ ਛੇੜੀ ਹੋਈ ਹੈ ਉਹਦੀ ਕੜੀ ਵਜੋਂ ਅੱਜ ਇੱਥੇ ਸਕੂਲ ਦੇ ਅੰਦਰ ਵੀ ਪੌਦੇ ਲਗਾਏ ਆ। ਸੋ ਲਗਭਗ 1,000 ਬੂਟਾ ਜਿਹੜਾ ਅਸੀਂ ਵੱਖ ਵੱਖ ਇੱਥੇ ਆਏ ਹੋਏ ਸੰਸਥਾਵਾਂ ਨੂੰ, ਪੰਚਾਇਤਾਂ ਨੂੰ, ਲੋਕਾਂ ਨੂੰ ਵੰਡਿਆ। ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਬਾਕੀ ਮਤਲਬ ਸਾਈਟਾਂ 'ਤੇ ਕੰਮ ਚੱਲ ਰਹੇ ਆ, ਚਾਹੇ ਪੰਜਾਬ ਦੇ ਅੰਦਰ ਨੌਕਰੀਆਂ ਦਾ ਸਵਾਲ ਆ, ਆਮ ਆਦਮੀ ਕਲੀਨਿਕਾਂ ਦਾ ਸਵਾਲ ਆ, ਪੰਜਾਬ ਦੇ ਅੰਦਰ ਵੱਖ ਵੱਖ ਜਿਹੜੀ ਯੋਜਨਾਵਾਂ ਨੇ ਉਹ 'ਤੇ ਕੰਮ ਕੀਤਾ ਜਾ ਰਿਹਾ। ਪਰ ਇਹਦੇ ਨਾਲ ਨਾਲ ਮਨੁੱਖੀ ਜੀਵਨ ਦੇ ਲਈ ਇੱਕ ਸਾਫ਼ ਸੁਥਰਾ ਵਾਤਾਵਰਨ ਜਿਹੜਾ ਅੱਜ ਬਹੁਤ ਮੈਂ ਸਮਝਦਾ ਕਿ ਵੱਡੀ ਚੁਣੌਤੀ ਹੈ, ਉਹਦੇ ਲਈ ਪੰਜਾਬ ਦੀ ਜ਼ਮੀਨ ਦੇ ਉੱਤੇ ਜੰਗਲਾਤ ਮਹਿਕਮੇ ਵੱਲੋਂ 3 ਕਰੋੜ ਬੂਟੇ ਲਾਉਣ ਦਾ ਟਾਰਗੇਟ ਦਿੱਤਾ ਗਿਆ। ਸੋ ਵੱਖ ਵੱਖ ਯੋਜਨਾਵਾਂ ਜਿਵੇਂ ਕੈਂਪਾਂ ਦੀ ਯੋਜਨਾ ਆ, ਗ੍ਰੀਨ ਮਿਸ਼ਨ ਪੰਜਾਬ ਯੋਜਨਾ ਹੈਗੀ ਆ, ਸੋ ਉਹਦੇ ਕੜੀ ਵਜੋਂ ਅੱਜ ਇੱਥੇ ਮਗਨ ਮੋਦੀ ਸਕੂਲ ਦੇ ਅੰਦਰ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਜਿਹੜਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਔਰਗਨਾਈਜ਼ ਕੀਤਾ ਗਿਆ। ਸੋ ਮੈਂ ਜ਼ਰੂਰ ਇਹ ਲੋਕਾਂ ਨੂੰ ਅਪੀਲ ਕਰਾਂਗਾ, ਵਾਰ ਵਾਰ ਕਰਾਂਗਾ ਕਿ ਜਿਵੇਂ ਅਸੀਂ ਅਕਸਰ ਹੀ ਕਹਿੰਦੇ ਹਾਂ, ਇੱਕ ਰੁੱਖ ਸੋ ਸੁੱਖ। ਸੋ ਜਿਸ ਤਰ੍ਹਾਂ ਕਲਾਈਮੇਟ ਚੇਂਜ ਹੋ ਰਿਹਾ ਸਾਰੇ ਸੰਸਾਰ ਦੇ ਅੰਦਰ, ਉਹਦਾ ਅਸਰ ਸਾਡੇ 'ਤੇ ਵੀ ਪੈ ਰਿਹਾ। ਗਰਮੀ ਲਗਾਤਾਰ ਵੱਧ ਰਹੀ ਹੈ, ਤਪਸ ਵਧਣ ਦੇ ਨਾਲ ਜਿਹੜਾ ਮਨੁੱਖੀ ਜੀਵਨ ਨੂੰ ਚੁਣੌਤੀ ਹੈ ਉਹ ਤਾਂ ਹੀ ਹਟਾਈ ਜਾ ਸਕਦੀ ਹੈ ਜੇ ਅਸੀਂ ਵੱਧ ਤੋਂ ਵੱਧ ਬੂਟੇ ਪੰਜਾਬ 'ਚ ਲਾਵਾਂਗੇ। ਸੋ ਇਹ ਬੂਟੇ ਨਾ ਕੇਵਲ ਕਮਰਸ਼ੀਅਲ ਬੂਟੇ ਆ ਬਲਕਿ ਫਲਦਾਰ ਬੂਟੇ ਵੀ ਲਾਏ ਜਾ ਰਹੇ ਆ ਤਾਂ ਜੋ ਸਾਡੇ ਜਾਨਵਰ ਪੰਛੀ ਜਿਹੜੇ ਆ ਉਹ ਵੀ ਆਪਣਾ ਜੀਵਨ ਜਿਹੜਾ ਆ ਉਹ ਨਿਰਵਾਹ ਕਰ ਸਕਣ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਵੀ ਵੱਧ ਤੋਂ ਵੱਧ ਬੂਟੇ ਲਾਉਣ। ਸੋ ਜਿਹੜਾ ਟਾਰਗੇਟ ਮਿੱਥਿਆ ਗਿਆ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਉਹ ਅਸੀਂ ਲਗਭਗ 60% ਪੂਰਾ ਕਰ ਲਿਆ ਪੰਜਾਬ ਦੇ ਵਿੱਚ ਅੱਜ ਤੱਕ। ਸੋ ਰਹਿੰਦਾ ਟਾਰਗੇਟ ਆਉਣ ਵਾਲੇ ਦਿਨਾਂ 'ਚ, ਕਿਉਂਕਿ ਅਗਸਤ ਤੱਕ ਜਿਹੜੀ ਪਲਾਂਟੇਸ਼ਨ ਚੱਲਣੀ ਹੈ, ਸੋ ਉਹਦੇ ਅੰਦਰ ਅਸੀਂ ਇਹ ਟਾਰਗੇਟ ਪੂਰਾ ਕਰਾਂਗੇ। ਔਰ ਚੇਤਨ ਤੌਰ ਦੇ ਉੱਤੇ ਇਹ ਬੂਟੇ ਉੱਥੇ ਲਾਏ ਜਾ ਰਹੇ ਆ ਜਿੱਥੇ ਬਾਉਂਡਰੀ ਹੈ, ਸਕੂਲ ਨੇ, ਕਾਲਜਸ ਨੇ, ਸਾਡੀਆਂ ਡਿਸਪੈਂਸਰੀਆਂ ਨੇ, ਸਾਡੀਆਂ ਵਾਟਰ ਸਪਲਾਈਆਂ ਨੇ, ਜਾਂ ਸਰਕਾਰੀ ਇੰਸਟੀਚਿਊਟ ਨੇ, ਜਾਂ ਪਲੇ ਗਰਾਊਂਡ ਹੈਗੇ ਆ। ਸੋ ਇਹਦੇ ਨਾਲ ਦੀ ਨਾਲ ਹਰ ਕਿਸਾਨ ਦੇ ਟਿਊਬਵੈਲ 'ਤੇ ਜਿਹੜਾ ਸਰਕਾਰੀ ਟਿਊਬਵੈਲ ਹੈ ਉੱਥੇ ਵੀ 4 ਬੂਟੇ ਲਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ। ਸੋ ਪੰਜਾਬ ਦੇ ਅੰਦਰ ਜਿਹੜੀਆਂ ਜਰਨੈਲੀ ਸੜਕਾਂ ਨੇ, ਜਿਹੜੀਆਂ ਚੌੜੀਆਂ ਸੜਕਾਂ ਆ, ਉੱਥੇ ਵੀ ਜਿਹੜੇ ਬੂਟੇ ਲਾਉਣ ਦਾ ਇੱਕ ਟਾਰਗੇਟ ਜੋ ਹੈ ਉਹ ਸਰਕਾਰ ਨੇ ਮਿਲਿਆ। ਸੋ ਮੈਂ ਅੱਜ ਇੱਥੇ ਆਇਆ, ਬੜਾ ਸ਼ਾਨਦਾਰ ਪ੍ਰੋਗਰਾਮ ਆਰਗਨਾਈਜ਼ ਕੀਤਾ। ਮੈਂ ਜਨਰਲੀ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਲਾਉਣ ਦੇ ਵਿੱਚ ਉਹ ਵੀ ਆਪਣੀ ਭੂਮਿਕਾ ਅਦਾ ਕਰਨ, ਅਤੇ ਜਿੰਨੇ ਵੀ ਕਿਸੇ ਸੰਸਥਾ ਨੂੰ ਬੂਟੇ ਚਾਹੀਦੇ ਆ ਉਹ ਸਾਡੇ ਫੋਰੈਸਟ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਕੇ ਬੂਟੇ ਲੈ ਸਕਦਾ ਔਰ ਵੱਧ ਤੋਂ ਵੱਧ ਬੂਟੇ ਜਿਹੜੇ ਉਹ ਲਾਏ ਜਾਣ। ਮੈਂ ਸਮਝਦਾ ਕਿ ਕਾਨੂੰਨ ਸਭ ਲਈ ਬਰਾਬਰ ਆ, ਹਰੇਕ ਨੂੰ ਕਾਨੂੰਨ ਦੀ ਸੰਵਿਧਾਨ ਦੀ ਚੌਕਟ ਦੇ ਵਿੱਚ ਹੀ ਆਪਣਾ ਨਿਆਂ ਮੰਗਣਾ ਚਾਹੀਦਾ। ਸੋ ਕਿਸੇ ਇਕੱਲੇ ਇਕੱਲੇ ਵਿਅਕਤੀ ਦਾ ਸਵਾਲ ਨਹੀਂ, ਪੰਜਾਬ ਦੇ ਅੰਦਰ ਅਮਨ ਅਤੇ ਸ਼ਾਂਤੀ ਦੇ ਲਈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹੜਾ ਦ੍ਰਿੜ ਸੰਕਲਪ ਲਿਆ ਗਿਆ ਉਹਦੀ ਵਾਇਲੇਸ਼ਨ ਕਿਸੇ ਨੂੰ ਵੀ ਕਰਨ ਦੀ ਨਾ ਆਗਿਆ ਦਿੱਤੀ ਜਾਊਗੀ, ਨਾ ਕਿਸੇ ਨੂੰ ਅਧਿਕਾਰ ਹੈਗਾ ਆ। ਸੋ ਹਰੇਕ ਨੂੰ ਆਪਣੇ ਕਾਂਸਟੀਚਿਊਸ਼ਨ ਦੀ ਜਿਹੜੀ ਰੋਸ਼ਨੀ ਦੇ ਵਿੱਚ ਆਪਣਾ ਰਾਈਟ ਮੰਗਦਾ ਹੈਗਾ। ਸੋ ਮੈਂ ਸਮਝਦਾ ਕਿ ਜਿਹੜਾ ਉਹ ਇਕੱਲੇ ਵਿਅਕਤੀ ਦਾ ਸਵਾਲ ਨਹੀਂ, ਇਹ ਸਮੁੱਚੀ ਪੰਜਾਬ ਦਾ ਸਵਾਲ ਹੈਗਾ। ਸੋ ਪੰਜਾਬ ਚੜ੍ਹਦੀ ਕਲਾ 'ਚ ਰਹੇ, ਪੰਜਾਬ ਦੇ ਅੰਦਰ ਪੀਸ ਰਹੇ, ਇਹਦੇ ਲਈ ਸਰਕਾਰ ਲੱਗਦਾ। ਇਹ ਤਾਂ ਕਾਂਗਰਸ ਨੇ ਆਪਣਾ ਸਟੈਂਡ ਸਪਸ਼ਟ ਕਰਤਾ, ਕਾਂਗਰਸ ਨੇ ਕਿਹਾ ਵੀ ਚੰਨੀ ਦਾ ਨਿੱਜੀ ਵਿਚਾਰ ਹੈ, ਕਿਸੇ ਦਾ ਨਿੱਜੀ ਵਿਚਾਰ ਕੋਈ ਹੋ ਸਕਦਾ। ਪਰ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਸਾਡੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਲੋਕਾਂ ਦੀ ਏਕਤਾ ਲਈ ਕੰਮ ਕਰ ਰਹੀ ਹੈ। ਸੋ ਪੰਜਾਬ ਦੀ ਸ਼ਾਂਤੀ, ਭਾਈਚਾਰਾ,
ਕਾਇਮ ਰੱਖਣਾ ਸਰਕਾਰ ਦੀ ਡਿਊਟੀ, ਉਹਦੀ ਅਸੀਂ ਲਗਾਤਾਰ ਦ੍ਰਿੜ ਹੈ।